ਦੀਆਂ ਅਦਾਲਤਾਂ ਜਿਉਂ ਜਿਉਂ 1983 ਸਿੱਖ ਨਸਲ ਕੁਸ਼ੀ ਦੇ ਮਾਮਲਿਆਂ ਵਿੱਚ ਹੇਠਲੇ ਤੋਂ ਲੈ ਕੇ ਸੱਜਣ ਕੁਮਾਰ ਵਰਗੇ ਸਿਆਸੀ ਕੱਦ ਵਾਲੇ ਕਾਂਗਰਸੀਆਂ ਨੂੰ ਸਜ਼ਾਵਾਂ ਸੁਣਾਉਂਦੀਆਂ ਜਾ ਰਹੀਆਂ ਨੇ ਤਿਉਂ ਤਿਉਂ ਇਹਨਾਂ ਮਾਮਲਿਆਂ ਦੇ ਪੀੜਤਾਂ ਤੇ ਕਾਂਗਰਸ ਵਿਰੋਧੀਆਂ ਦੇ ਨਿਸ਼ਾਨੇ ਤੇ ਜਗਦੀਸ਼ ਟਾਈਟਲਰ ਤੇ ਕਮਲਨਾਥ ਵਰਗੇ ਵੱਡੇ ਆਗੂ ਵੀ ਆਉਂਦੇ ਜਾ ਰਹੇ ਨੇ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹਨਾਂ ਮਾਮਲਿਆਂ ਦੇ ਪੀੜਤਾਂ ਨੂੰ ਇਨਸਾਫ ਲੈਣ ਲਈ 34 ਸਾਲ ਜਿੰਨਾ ਲੰਮਾ ਸਮਾਂ ਪਹਿਲਾਂ ਹੀ ਇੰਤਜ਼ਾਰ ਕਰਨਾ ਪਿਆ। ਪਰ ਇਸ ਦੇ ਬਾਵਜੂਦ ਇੱਥੇ ਕਿਹਾ ਜਾ ਸਕਦਾ ਹੈ ਕਿ ਆਉਂਦੀਆਂ 2019 ਦੀਆਂ ਲੋਕ ਸਭਾ ਚੋਣਾਂ ਨੂੰ ਦੇਖਦਿਆਂ ਬੀਜੇਪੀ ਅਤੇ ਬਾਕੀ ਦੀਆਂ ਵਿਰੋਧੀ ਧਿਰਾਂ ਕਿਸੇ ਅਜਿਹੇ ਮੁੱਦੇ ਨੂੰ ਹੱਥੋਂ ਨਹੀਂ ਜਾਣ ਦੇਣਾ ਚਾਹੁੰਦੀਆਂ, ਜਿਸ ਰਾਹੀਂ ਉਹਨਾਂ ਨੂੰ ਅੱਗੇ ਚੱਲ ਕੇ ਸਿਆਸੀ ਫਾਇਦਾ ਮਿਲਦਾ ਹੋਵੇ। ਮੌਜੂਦਾ ਸਮੇਂ ਸੱਜਣ ਕੁਮਾਰ ਨੂੰ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਜਦੋਂ ਚਾਰੋਂ ਪਾਸੋਂ ਸਿਆਸੀ, ਧਾਰਮਿਕ ਅਤੇ ਸਮਾਜਿਕ ਲੋਕ ਸਿੱਖ ਨਸਲ ਕੁਸ਼ੀ ਮਾਮਲਿਆਂ ਦੇ ਪੀੜਤਾਂ ਨੂੰ ਵਧਾਈਆਂ ਦੇ ਰਹੇ ਨੇ, ਉਸ ਵੇਲੇ ਗਲੋਬਲ ਪੰਜਾਬ ਟੀਵੀ ਨੇ ਕਮਲਨਾਥ ਦੇ ਵਿਰੁੱਧ ਇੱਕ ਅਜਿਹਾ ਜਿਉਂਦਾ ਜਾਗਦਾ ਗਵਾਹ ਕੱਢ ਲਿਆਂਦਾ ਜਿਸ ਨੇ 1 ਨਵੰਬਰ 1984 ਵਾਲੇ ਦਿਨ ਦਿੱਲੀ ਦੇ ਰਕਾਬਗੰਜ ਗੁਰਦੁਆਰੇ ਉੱਤੇ ਹਮਲਾ ਕਰਨ ਪਹੁੰਚੀ ਭੀੜ ਨੂੰ ਅੱਖੀ ਵੇਖਿਆ ਸੀ। ਇਹ ਗਵਾਹ ਹੈ ਉਸ ਵੇਲੇ ਦਾ ਇੰਡੀਅਨ ਐਕਸਪ੍ਰੈਸ ਅਖਬਾਰ ਦਾ ਪੱਤਰਕਾਰ ਸੰਜੇ ਸੂਰੀ, ਜੋ ਕਿ ਇਸ ਘਟਨਾ ਨੂੰ ਕਵਰ ਕਰਨ ਲਈ ਮੌਕੇ ਤੇ ਪਹੁੰਚਿਆ ਸੀ। 3 ਸਾਲ ਪਹਿਲਾਂ ਗਲੋਬਲ ਪੰਜਾਬ ਟੀਵੀ ਦੇ ਸੀਨੀਅਰ ਪੱਤਰਕਾਰ ਕੰਵਰ ਸੰਧੂ ਨਾਲ ਗੱਲਬਾਤ ਕਰਦਿਆਂ ਸੰਜੇ ਸੂਰੀ ਨੇ ਦੱਸਿਆ ਸੀ ਕਿ 1 ਨਵੰਬਰ 1984 ਵਾਲੇ ਦਿਨ ਜਦੋਂ ਉਹ ਇੰਡੀਅਨ ਐਕਸਪ੍ਰੈਸ ਦੇ ਦਫ਼ਤਰ ਵਿੱਚ ਪਹੁੰਚੇ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਗੁਰਦੁਆਰਾ ਰਕਾਬਗੰਜ ਸਾਹਿਬ ਤੇ ਹਮਲਾ ਹੋ ਰਿਹਾ, ਜਿਸ ਤੋਂ ਬਾਅਦ ਸੂਰੀ ਸਕੂਟਰ ਲੈ ਕੇ ਮੌਕੇ ਤੇ ਪਹੁੰਚਿਆ। ਸੰਜੇ ਸੂਰੀ ਅਨੁਸਾਰ ਮੌਕੇ ਤੇ ਜਾ ਕੇ ਉਹਨਾਂ ਆਪਣੇ ਅੱਖੀ ਵੇਖਿਆ ਕਿ 2 ਸਿੱਖਾਂ ਨੂੰ ਭੀੜ ਨੇ ਅੱਗ ਲਗਾ ਕੇ ਸਾੜ ਕੇ ਮਾਰ ਦਿੱਤਾ ਸੀ। ਉਹਨਾਂ ਕਿਹਾ ਕਿ ਇਹ ਸਾਰਾ ਕੁਝ ਮੈਂ ਮੇਰੇ ਸਾਹਮਣੇ ਹੁੰਦਾ ਹੋਇਆ ਵੇਖਿਆ। ਦੂਸਰਾ ਤੁਸੀਂ ਵਾਕਿਆ ਦੱਸ ਰਹੇ ਵੀ ਇੱਕ ਹੋਰ ਵਾਕਿਆ ਤੁਸੀਂ ਆਪਣੀ ਅੱਖੀ ਦੇਖਿਆ। ਮੈਂ ਦੇਖੋ ਜੀ, 1 ਨਵੰਬਰ ਦੀ ਗੱਲ ਹੈ ਔਰ ਮੈਂ ਪਹੁੰਚਿਆ ਇੰਡੀਅਨ ਐਕਸਪ੍ਰੈਸ ਦੇ ਦਫ਼ਤਰ ਅਤੇ ਖਬਰ ਆਈ ਕਿ ਰਕਾਬਗੰਜ ਗੁਰਦੁਆਰੇ 'ਤੇ ਹਮਲਾ ਹੋ ਰਿਹਾ ਅਤੇ ਮੈਂ ਸਕੂਟਰ ਲੈ ਕੇ ਉੱਥੇ ਨੱਠਿਆ। ਉੱਥੇ ਵੇਖਣਾ ਕਿ ਉੱਥੇ 2 ਸਿੱਖਾਂ ਨੂੰ ਮਾਰਤਾ ਸੀਗਾ ਜਲਾ ਕੇ। ਇਹ ਮੇਰੇ ਸਾਹਮਣੇ ਦੀ ਗੱਲ ਹੈ, ਕਿੱਥੇ ਉਹ ਲਾਸ਼ਾਂ ਸੀਗੀਆਂ ਇਹਦੇ ਬਾਅਦ ਮੈਂ ਬੜੀ ਡਿਸਟਰਬਿੰਗ ਗੱਲ ਹੈ, ਮੈਂ ਨਹੀਂ ਡਿਟੇਲ ਕਹਿਣਾ ਚਾਹੁੰਦਾ, ਬਹੁਤ ਡਿਸਟਰਬਿੰਗ ਗੱਲਾਂ ਨੇ ਆ। ਕਰਾਊਡ ਜਿਹੜਾ ਹੈਗਾ ਗੁਰਦੁਆਰੇ ਸਾਹਮਣੇ ਬਾਰ ਬਾਰ ਆ ਰਿਹਾ, ਕਰਾਊਡ ਦੇ ਨਾਲ ਕਮਲਨਾਥ ਐਮ ਪੀ ਖਲੋਤਾ ਹੈ ਅਤੇ ਉਹ ਇਹ ਇਸ਼ਾਰਾ ਕੀਤਾ। ਇੱਕ ਵਾਰੀ ਸਾਹਮਣੇ ਵੱਧੇ ਲੋਕ ਅਤੇ ਨਾਲ ਮੈਂ ਕਮਲਨਾਥ ਨੂੰ ਮਿਲਿਆ, ਉੱਥੇ ਕੀ ਹੋ ਰਿਹਾ ਮੈਂ ਪੁੱਛਿਆ ਅਤੇ ਜਿਵੇਂ ਉਹ ਵਧੇ ਕਮਲਨਾਥ ਇਹ ਇਸ਼ਾਰਾ ਕੀਤਾ, ਇਹ ਸਾਰੇ ਲੋਕ ਉਸ ਵੇਲੇ ਰੁਕ ਗਏ। ਨਾਲੇ ਕਰੀਬ 10-12 ਗਜ਼ ਦੀ ਦੂਰੀ 'ਤੇ, ਇਸ ਤੋਂ ਜ਼ਿਆਦਾ ਨਹੀਂ, ਬਿਲਕੁਲ ਸੜਕ ਦੇ ਨਾਲ ਇੱਕ ਪੂਰੀ ਪਲਟਨ ਖਲੋਤੀ ਸੀਗੀ CRPF ਦੀ, ਨਾਲੇ ਗੌਤਮ ਕੌਲ ਐਡੀਸ਼ਨਲ ਕਮਿਸ਼ਨਰ ਪੁਲਿਸ ਖਲੋਤਾ, ਉਹ ਕੱਖ ਨਹੀਂ ਕਰ ਰਹੇ, ਉਹ ਵੇਖ ਰਹੇ ਨੇ। ਦੋ ਸਵਾਲ ਉੱਠਦੇ ਨੇ, ਇੱਕ ਤਾਂ ਕਰਾਊਡ ਦਾ ਅਤੇ ਕਮਲਨਾਥ ਦਾ ਕੀ ਰਿਸ਼ਤਾ ਸੀਗਾ, ਕੀ ਅੰਡਰਸਟੈਂਡਿੰਗ ਸੀਗੀ ਕਿ ਹੀ ਹੈਡ ਕੰਟਰੋਲ ਆਫ ਦੀ ਕਰਾਊਡ, ਕਿ ਮੈਂ ਇਸ਼ਾਰਾ ਕਰਾਂ ਅਤੇ ਉਹ ਮੇਰੀ ਗੱਲ ਮੰਨਣ ਜੀ, ਕੌਣ ਸੀ ਇਹਨਾਂ ਦਾ ਰਿਸ਼ਤਾ ਕੀ ਸੀਗਾ। ਦੂਜਾ, ਪੁਲਿਸ ਦੀ ਕੀ ਅੰਡਰਸਟੈਂਡਿੰਗ ਸੀ ਕਿ ਅਸੀਂ ਕੁਛ ਨਹੀਂ ਕਰੀਏ, ਇਹ ਕਮਲਨਾਥ ਜੋ ਹੈ ਜਿਸਨੇ ਜੋ ਕਰਨਾ ਇਹ ਨਹੀਂ ਕਰਨਾ ਹੈ। ਇਹ ਸਵਾਲ ਉੱਠਦੇ ਨੇ, ਇਹ ਸਵਾਲਾਂ ਦਾ ਕੋਈ ਜਵਾਬ ਹਜੇ ਤੱਕ ਸਾਹਮਣੇ ਨਹੀਂ ਆਇਆ। ਭਾਵੇਂ ਕਿ ਸੰਜੇ ਸੂਰੀ ਨੇ ਇਹੋ ਜਿਹੇ ਕੁਝ ਬਿਆਨ ਇਸ ਮਾਮਲੇ ਵਿੱਚ ਬਣੀ SIT ਕੋਲ ਵੀ ਦਿੱਤੇ ਹੋ ਸਕਦੇ ਨੇ, ਪਰ ਉੱਥੇ ਉਹ ਕੀ ਬੋਲੇ ਹਨ ਇਸ ਦਾ ਤਾਂ ਅਜੇ ਕੋਈ ਖੁਲਾਸਾ ਨਹੀਂ ਹੋ ਪਾਇਆ। ਪਰ ਗਲੋਬਲ ਪੰਜਾਬ ਟੀਵੀ ਵੱਲੋਂ ਕੀਤਾ ਗਿਆ ਇਹ ਖੁਲਾਸਾ ਵਿਰੋਧੀਆਂ ਦੀਆਂ ਇਹ ਇੰਟਰਵਿਊ ਦੇਖ, ਪੜ੍ਹ ਅਤੇ ਸੁਣ ਕੇ ਵਾਚਾਂ ਜ਼ਰੂਰ ਖਿਲ ਜਾਣਗੀਆਂ, ਜਿਹੜੇ ਕਮਲਨਾਥ ਵਿਰੁੱਧ ਸਬੂਤ ਗਲੀਆਂ, ਬਾਜ਼ਾਰਾਂ, ਟਿੱਲਿਆਂ, ਟਿੱਬਿਆਂ ਅਤੇ ਰੂੜੀਆਂ ਚ ਲੱਭਦੇ ਫਿਰਦੇ ਨੇ। ਬਿਊਰੋ ਰਿਪੋਰਟ, ਗਲੋਬਲ ਪੰਜਾਬ ਟੀਵੀ।